ਨਜ਼ਰੀਨ ਪਠਵਾੜਾ ਡਾਟ ਕਾਮ ਦੀ ਤਰਫੋਂ ਅਸਲਾਮ ਅਲੈਕੁਮ ਜੀ। ਅਸਾਂ ਇਸ ਵਕਤ ਚੁਆਹ ਖਾਲਸਾ ਵਿੱਚ ਮੌਜੂਦ ਹਾਂ ਜੀ। ਡਾਇਰੈਕਟਰ ਲਾਈਫ ਸਟਾਕ ਰਾਵਲਪਿੰਡੀ ਡਿਵੀਜ਼ਨ ਚੌਧਰੀ ਗੁਲਾਮ ਹੁਸੈਨ ਭੁੱਟਾ ਸਾਹਿਬ, ਉਹਨਾਂ ਅੱਜ ਦੌਰਾ ਕੀਤਾ ਜੀ ਮੁਖਤਲਿਫ ਯੂਨੀਅਨ ਕੌਂਸਲਾਂ ਨਾਲ, ਜਿਸ ਨੇ ਵਿੱਚ ਬਨਾਲ ਵੀ ਸ਼ਾਮਲ ਹੈ ਜੀ। ਇਹਨਾਂ ਕੋਲ ਪੁੱਛਾਂ ਇਸ ਦੌਰੇ ਨੇ ਹਵਾਲੇ ਨਾਲ ਕਿ ਜਿਹੜਾ ਮਹਿਕਮਾ ਲਾਈਫ ਸਟਾਕ ਇੱਥੇ ਕੰਮ ਕਰਨਾ ਪਿਆ, ਇਸ ਹਵਾਲੇ ਨਾਲ ਅਸੀਂ ਥੋੜ੍ਹਾ ਜਿਹਾ ਦੱਸਾਂ। ਉਸ ਤੋਂ ਬਾਅਦ ਫਿਰ ਮੈਡਮ ਹੋਰਾਂ ਨਾਲ ਵੀ ਸਾਡੀ ਥੋੜ੍ਹੀ ਜਿਹੀ ਗੱਲ ਹੋ ਸੀ ਜੀ। ਜੀ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਜੀ ਵਜ਼ੀਰੇ ਆਲਾ ਜਨਾਬ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦਾ ਇਹ ਖਸੂਸੀ ਪੈਕੇਜ ਬਰਾਏ ਬੇਵਾ ਔਰ ਗਰੀਬ ਖਵਾਤੀਨ ਦੀ ਵਿੱਚ ਜਾਨਵਰਾਂ ਦੀ ਤਕਸੀਮ ਬਜ਼ਰੀਆ ਮਹਿਕਮਾ ਲਾਈਵ ਸਟਾਕ, ਇਹ ਇੱਕ ਪ੍ਰੋਜੈਕਟ ਦਾ ਜਿਹੜਾ ਹੈ ਕਾਰਵਾਈ ਇਹ ਸ਼ੁਰੂ ਹੋ ਚੁੱਕੀ ਹੈ। ਔਰ ਇਸ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਅਟਕ ਔਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਅਸੀਂ 800 ਬੜੇ ਜਾਨਵਰ ਇਹਦੇ 'ਚ ਜੋਟੀਆਂ ਅਤੇ ਰਿਹੜੀਆਂ ਗਰੀਬ ਬੇਵਾ ਖਵਾਤੀਨ ਨੂੰ ਤਕਸੀਮ ਕਰ ਚੁੱਕੇ ਹਨ। ਅਤੇ ਇਸ ਪ੍ਰੋਜੈਕਟ ਦੇ ਤਹਿਤ ਫੇਜ਼ 2 ਵਿੱਚ ਜ਼ਿਲ੍ਹਾ ਚਕਵਾਲ, ਜ਼ਿਲ੍ਹਾ ਜੇਹਲਮ ਵਿੱਚ ਅਸੀਂ ਬੜੇ ਜਾਨਵਰ ਤਕਸੀਮ ਕਰਾਂਗੇ ਔਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਖਸੂਸਨ 4 ਤਹਿਸੀਲਾਂ ਵਿੱਚ, ਜਿਹਦੇ ਵਿੱਚ ਤਹਿਸੀਲ ਕਲਰ ਸੈਦਾਂ, ਕੋਹੋਟਾ, ਕੋਟਲੀ ਸਤੀਆਂ ਔਰ ਮਰੀ ਸ਼ਾਮਿਲ ਹਨ, ਇਹਨਾਂ ਵਿੱਚ ਅਸੀਂ 1100 ਬੇਡ ਬੱਕਰੀਆਂ ਬੇਵਾ ਔਰ ਗਰੀਬ ਖਵਾਤੀਨ ਨੂੰ ਦੇਵਾਂਗੇ। ਔਰ ਉਸ ਪ੍ਰੋਗਰਾਮ ਦੇ ਤਹਿਤ ਇਨਸ਼ਾਅੱਲਾ ਤਾਲਾ ਉਹ ਆਪਣੇ ਬਰਸਰੇ ਰੋਜ਼ਗਾਰ ਹੋ ਜਾਣਗੀਆਂ ਔਰ ਉਹ ਖਵਾਤੀਨ ਆਪਣੇ ਰੋਜ਼ਾਨਾ ਦੇ ਅਖਰਾਜਾਤ ਜਾਂ ਆਪਣੇ ਬੱਚਿਆਂ ਦੇ ਫੀਸਾਂ ਵਗੈਰਾ ਜਿਹੜੇ ਹਨ ਉਹ ਬੜੀ ਬਾਆਸਾਨੀ ਤਰੀਕੇ ਨਾਲ ਉਹ ਸਰ ਅੰਜਾਮ ਦੇਣਗੀਆਂ। ਔਰ ਇਨਸ਼ਾਅੱਲਾ ਤਾਲਾ ਇਹ ਜਿਹੜੇ ਜਾਨਵਰ ਹੋਣਗੇ ਬੜੇ ਆਲਾ ਨਸਲ ਕਿਸਮ ਦੇ ਹੋਣਗੇ ਅਤੇ ਇਹਨਾਂ ਦੀ ਪੈਦਾਵਾਰੀ ਸਲਾਹੀਅਤ ਜਿਹੜੀ ਹੈ ਬਹੁਤ ਜ਼ਿਆਦਾ ਹੋਏਗੀ ਔਰ ਇਸ ਨਾਲ ਇਨਸ਼ਾਅੱਲਾ ਬੜੇ ਅੱਛੇ ਖਾਤਰ ਖਾ ਜਿਹੜੇ ਹੈ ਨਤਾਜ ਹਾਸਲ ਕੀਤੇ ਜਾ ਸਕਣਗੇ। ਅਤੇ ਇਸ ਪ੍ਰੋਜੈਕਟ ਦੇ ਤਹਿਤ ਹੀ ਅੱਜ ਸਾਡਾ ਕਲਰ ਸੈਦਾ ਵਿੱਚ ਬੇਵਾ ਖਵਾਤੀਨ ਜਾਂ ਗਰੀਬ ਖਵਾਤੀਨ ਬੈਨੀਫਿਸ਼ਰੀਜ਼ ਨੂੰ ਚੈੱਕ ਕਰਨ ਦਾ ਪ੍ਰੋਗਰਾਮ ਸੀ ਅਤੇ ਅੱਜ ਜਨਾਬ ਮੈਡਮ ਸ਼ਾਇਸਤਾ ਔਰ ਡਾਕਟਰ ਮੌਸਮ ਸਾਹਿਬ ਦੇ ਨਾਲ ਮੈਂ ਆਪਣੀ ਲਾਈਫ ਸਟਾਕ ਟੀਮ ਦੇ ਨਾਲ ਔਰ ਖਸੂਸਨ ਜਿਹੜੇ ਰਾਜਾ ਸਾਹਿਬ ਹਨ ਇਹਨਾਂ ਨੇ ਸਾਨੂੰ, ਡਾਕਟਰ ਸਾਹਿਬ ਨੇ, ਰਬ ਨਵਾਜ਼ ਸਾਹਿਬ ਨੇ ਖਸੂਸਨ ਅੱਜ ਸਾਨੂੰ ਇਹ ਵਿਜ਼ਿਟ ਕਰਾਇਆ ਔਰ ਵਿਜ਼ਿਟ ਦਾ ਇਹਤਮਾਮ ਕੀਤਾ ਔਰ ਤਮਾਮ ਬੈਨੀਫਿਸ਼ਰੀ ਜਿਹੜੀਆਂ ਸਨ ਉਹਨਾਂ ਦੀ ਵਿਜ਼ਿਟ ਕਰਵਾਈ ਹੈ। ਅਤੇ ਮੈਂ ਸਮਝਦਾ ਕਿ ਅਸੀਂ, ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹਦੇ ਤਹਿਤ ਜਿਹੜੇ ਜਾਨਵਰ ਹੈ ਉਹ ਸਹੀ ਮੁਸਤਕ ਜਿਹੜੇ ਉਹ ਬੇਵਾ ਜਾਂ ਗਰੀਬ ਖਵਾਤੀਨ ਤੱਕ ਪਹੁੰਚੇ ਔਰ ਇਹ ਜਿਹੜਾ ਇੱਕ ਸਹੀ ਵਿਜ਼ਨ ਹੈ ਸਾਡੇ ਖਾਦਮੇ ਆਲਾ ਸਾਹਿਬ ਦਾ ਉਹ ਪੂਰਾ ਕੀਤਾ ਜਾ ਸਕੇ। ਅਤੇ ਇਸ ਵਿਜ਼ਨ ਵਿੱਚ ਮੈਂ ਆਪਣੇ ਸੈਕਟਰੀ ਲਾਈਫ ਸਟਾਕ ਜਨਾਬ ਨਸੀਮ ਸਾਦਕ ਸਾਹਿਬ ਨੂੰ ਦੀ ਕਾਵਿਸ਼ਾਂ ਨੂੰ ਮੈਂ ਐਪਰੀਸ਼ੀਏਟ ਕਰਨਾ ਕਿ ਉਹਨਾਂ ਨੇ ਜੋ ਸਾਡੇ ਮਹਿਕਮਾ ਲਾਈਫ ਸਟਾਕ ਦੀ ਤਰੱਕੀ ਵਾਸਤੇ ਜੋ ਉਹ ਇਕਦਾਮਾਤ ਕਰ ਰਹੇ ਹਨ ਉਹ ਹਾਈਲੀ ਜਿਹੜੇ ਹਨ ਉਹ ਕਾਬਲੇ ਤਹਿਸੀਨ ਹੈ। ਮਾਸ਼ਾਅੱਲਾ ਜੀ, ਤੁਸਾਂ ਨੇ ਜਿਹੜੇ ਦੌਰਾ ਇੱਕ ਸਮਝਦੇ ਹੋ ਕਿ ਜਿਹੜੇ ਤੁਸੀਂ ਇੱਥੇ ਆਏ ਹੋ, ਤੁਸੀਂ ਅੱਗੇ ਗਏ ਹੋ, ਕਾਫੀ ਦੁਸ਼ਵਾਰ ਗੁਜ਼ਾਰ ਜਗ੍ਹਾ ਵੀ ਤੁਸੀਂ ਹੋਈ ਆਈ ਹੋ, ਸੋ ਤੁਸਾਂ ਜਿਹੜੇ ਮਾਲ ਮਵੇਸ਼ੀ ਇਹਨਾਂ ਦਿੱਤੇ ਹਨ ਜਿਹੜੇ, ਕਿਉਂਕਿ ਤੁਸਾਂ ਤੋਂ ਲੈ ਤੱਕਣੇ ਵਾਸਤੇ ਤਰਿਓ ਆਏ ਸਾਰੇ ਇਹਨਾਂ ਨੇ ਦੌਰ, ਉਹ ਅਸਾਂ ਵੀ ਪਤਾ ਕਿ ਜਿਹਨਾਂ ਜਿਹੜੇ ਮਿਲੇ ਉਹ ਮਾਸ਼ਾਅੱਲਾ ਮੁਸਤਹਿਕ ਬੰਦੇ ਹੈ, ਉਹ ਕੁਛ ਨੇ ਵਿੱਚ ਕੋਈ ਸਿਆਸੀ ਅਮਲ ਦਖਲ ਨਹੀਂ ਬਲਕਿ ਮੁਸਤਹਿਕ ਬੰਦਿਆਂ ਦੀ ਮਿਲੇ। ਕਹਿ ਸਮਝਦੇ ਹੋ ਵੀ ਕਿ ਤੁਸੀਂ ਉਹ ਤੱਕਿਆ ਜਿਹੜੇ ਮਾਲ ਮਵੇਸ਼ੀ ਠੀਕ ਹਨ ਜਿਹੜੇ ਦਿੱਤੇ ਗਏ? ਜੀ, ਮੈਂ ਬੜਾ ਸੈਟਿਸਫਾਈਡ ਹਾਂ ਸਭ ਤੋਂ ਪਹਿਲੇ ਤਾਂ ਇਸ ਵਜ੍ਹਾ ਨਾਲ ਕਿ ਇਹ ਜਿਹੜੇ ਜਾਨਵਰ ਦਿੱਤੇ ਗਏ ਇਹ ਸਹੀ ਮੈਰਿਟ ਬੇਸ 'ਤੇ ਦਿੱਤੇ ਗਏ, ਇਹਦੇ ਵਿੱਚ ਕੋਈ ਸਿਆਸੀ ਅਸਰ ਰਸੂਖ ਜ਼ੇਰੇ ਅਸਰ ਨਹੀਂ ਆਇਆ, ਇਹ ਇੱਕ ਮੈਰਿਟ ਥਾ ਔਰ ਅਸਲ ਮੁਸਤਹਿਕ ਲੋਕਾਂ ਤੱਕ ਇਹ ਜਾਨਵਰ ਜਿਹੜੇ ਹਨ ਉਹ ਇਨਸ਼ਾਅੱਲਾ ਪਹੁੰਚਣਗੇ ਔਰ ਜਿਹੜੇ ਅਸੀਂ ਡਿਸੇਬਲ ਖਵਾਤੀਨ ਨੂੰ ਪਹਿਲੇ ਜਾਨਵਰ ਦਿੱਤੇ ਉਹ ਵੀ ਸਹੀ ਮੈਰਿਟ ਬੇਸ 'ਤੇ ਗਏ। ਅਤੇ ਮੈਂ ਸਮਝਦਾ ਇਸ ਇਨਸ਼ਾਅੱਲਾ ਇਹਨਾਂ ਜਾਨਵਰਾਂ ਦਾ ਖਾਤਰ ਖਾ ਜਿਹੜਾ ਹੈ ਅੱਛੇ ਨਤੀਜੇ ਆਏਗੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਮੈਡਮ ਸ਼ਾਸਤਾ ਸਾਹਿਬ ਜੀ। ਇਹਨਾਂ ਕੋਲੋਂ ਪੁੱਛਾਂਗੇ ਅੱਜ ਖਾਸ ਕਰੀ ਇਹਨਾਂ ਨੇ ਜਿਹੜੇ ਐਡ ਇਨ ਉਹ ਆਏ ਹਨ, ਇਸ ਹਵਾਲੇ ਨਾਲ ਸਾਰਾ ਵਿਜ਼ਿਟ ਵੀ ਕੀਤਾ ਰਹੇ ਅਤੇ ਕਹਿ ਸਮਝਦੇ ਹਨ ਕਿ ਜਿਹੜੇ ਮਾਲ ਮਵੇਸ਼ੀ ਇਹਨਾਂ ਦਿੱਤੇ ਹਨ ਜਾਂ ਜਿਹੜੇ ਇਹਨਾਂ ਦੀਆਂ ਟੀਮਾਂ ਅਛਣੀਆਂ ਪਈਆਂ, ਕਾਫੀ ਸਾਰੀਆਂ ਟੀਮਾਂ ਤੁਸਾਂ ਨੇ ਅਛਣੀਆਂ ਪਈਆਂ ਜਿਹੜੀਆਂ ਮਾਲ ਮਵੇਸ਼ੀ ਖਾਸ ਕਰੀ ਇੰਜੈਕਸ਼ਨ ਦੇ ਹਵਾਲੇ ਨਾਲ, ਹੋਰ ਜਿਹੜੀਆਂ ਬਿਮਾਰੀਆਂ ਉਹਨਾਂ ਨੇ ਅਗਾਈ ਦੇ ਹਵਾਲੇ ਨਾਲ, ਇਸ ਹਵਾਲੇ ਨਾਲ ਦੱਸਾਂ ਕਿ ਤਹਿਸੀਲ ਕਲਰ ਸਹੀ ਨਾ ਹੋਣ।
ਇਸ ਲਈ ਕਿ ਪ੍ਰੋਗਰਾਮ ਨੂੰ ਨੈਕਸਟ ਚੱਲੇ ਹੀ ਨਹੀਂ ਅਸੀਂ ਚਲੋ ਸਿੱਧਾਂ ਨੇ ਬਿਸਮਿਲ੍ਲਾਹ ਰਹਿਮਾਨ ਰਹੀਮ ਜੀ ਮੈਂ ਸਭ ਤੋਂ ਪਹਿਲੇ ਅਜ਼ਮਨ ਨੂੰ ਟਰੱਸਟ ਨਾਲ ਅਤੇ ਤੁਹਾਡੀ ਗੱਲ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਸਾਨੂੰ ਬਹੁਤ ਜ਼ਿਆਦਾ ਕੋਪਰੇਟ ਕੀਤਾ ਇਸ ਹਵਾਲੇ ਨਾਲ ਚੌਧਰੀ ਅਬਦੁਲਵਾਸ ਸਾਹਿਬ ਨਾਲ ਅਤੇ ਵਿਕਾਸ ਸਾਹਿਬ ਨਾਲ ਸਾਰਿਆਂ ਨਾਲ ਜਿੱਥੇ ਤੱਕ ਨਾ ਸਵਾਲ ਆ ਕਿ ਵੀ ਅਸਾਂ ਪਹਿਲੇ ਵੀ ਸਹੀ ਪਤਾ ਗਿਆ ਤਹਿਸੀਲ ਕਲਰ ਸਿੱਧਾ ਜਿਤਨੇ ਵੀ ਸੈਕਟਰੀ ਲਾਈਫ ਸਟਾਕ ਦੀ ਤਰਫੋਂ ਸਕੀ ਮਿਲੇ ਪ੍ਰੋਜੈਕਟ ਅਸਾਂ ਉਹਨਾਂ ਸਾਰਿਆਂ ਕੀ ਇੰਪਲੀਮੈਂਟ ਕਰੇ ਨੇ ਹੱਥਲ ਵੀ ਸਾ ਹੱਤਾ ਕਿ ਮਾੜਾ ਕੋਈ ਸਟਾਫ ਬਹੁਤ ਕੰਮ ਸਾ ਲੇਕਿਨ ਅਸਾਂ ਸਾਰਿਆਂ ਲੋਕਾਂ ਨੇ ਨਾਲ ਸ਼ਿਰਕਤ ਨਾਲ ਤਾਉਨ ਨਾਲ ਮੈਂ ਇਸ ਹੱਦ ਤੱਕ ਪਹੁੰਚੀ ਹਾਂ ਕਿ ਅਸਾਂ ਇੱਥੇ ਕੰਮ ਕਰੀ ਸਕੇ ਹਾਂ ਮਜ਼ੀਦ ਜਿਹੜੇ ਹੁਣ ਨਵੇਸ਼ ਨੇ ਪਏ ਹੁਣ ਇਹ ਜਿਹੜਾ ਲਾਈਫ ਸਟਾਕ ਜਿਹੜਾ ਅੱਜ ਅਸਾਂ ਕੰਮ ਕੀਤਾ ਉਸ ਨਾਲ ਇਹ ਸਾ ਕਿ ਸੈਕਟਰੀ ਲਾਈਫ ਸਟਾਕ ਦੀ ਤਰਫੋਂ ਜਿਹੜਾ ਨਵਾਂ ਪ੍ਰੋਜੈਕਟ ਸਾ ਗਰੀਬ ਬੇਵਾ ਬੈਨੀਫਿਸ਼ਰੀਸ ਕੀ ਅਸਾਂ ਜਿਹੜੀ ਦੇਣੀਆਂ ਸਾ ਛੇ ਪਹਿਲੀਆਂ ਯੂਨੀਅਨ ਕੌਂਸਲਾਂ ਕਿ ਅਸਾਂ ਬੜੇ ਜਾਨਵਰ ਦੇ ਚੁੱਕੇ ਹਾਂ ਹੁਣ ਛੇ ਯੂਨੀਅਨ ਕੌਂਸਲਾਂ ਕਲਰ ਸਹੀਦਾਂ ਨਹੀਂ ਰਹੀ ਗਈਆਂ ਜਿਨ੍ਹਾਂ ਕਿ ਅਸਾਂ ਛੋਟੇ ਜਾਨਵਰ ਤਕਸੀਮ ਕਰਨੇ ਕਿਉਂਕਿ ਉਹ ਹਿਲੀ ਟਰੈਕ ਆ ਅਤੇ ਹਿਲੀ ਟਰੈਕ ਪਰ ਅਸਾਂ ਕੀ ਨਾ ਕਿਹਾ ਕਿ ਛੇ ਦਿਓ ਤਹਿਸੀਲ ਕਲਰ ਸਹੀਦਾਂ 'ਚ ਅਸਾਂ ਕੋਲ 164 ਜਾਨਵਰ ਆ ਸਾਂ 164 ਜਾਨਵਰ ਦਾ ਮਤਲਬ ਆ ਕਿ ਇੱਕ ਔਰਤ ਕਿ ਸਾਂ ਦੋ ਦੇ ਸਾਂ ਅਤੇ 82 ਖਵਤੀਨ ਐਸੀਆਂ ਉਹ ਸਨ ਇਹਨਾਂ ਛੇ ਯੂਨੀਅਨ ਕੌਂਸਲਾਂ ਨਾਲ ਜਿਹੜੇ ਇਸ ਤੋਂ ਫਾਇਦਾ ਉਠਾ ਸਕਦੇ ਅਸਾਂ ਅੱਜ ਤੱਕ ਬਹੁਤ ਸਾਰਿਆਂ ਕੀ ਸਿਲੈਕਟ ਵੀ ਕੀਤਾ ਕਈਆਂ ਕਿ ਰਿਜੈਕਟ ਵੀ ਕੀਤਾ ਯਾਨੀ ਅਸਾਂ ਫਾਈਨਲ ਸਲਾਈ ਮਰਾਈ ਲਾਈਨਸ 'ਤੇ ਗੁਜ਼ਰਨੇ ਆ ਕਿ ਇਨਸ਼ਾਅੱਲਾ ਤਾਲਾ ਮਹੀਨੇ ਜਿਹੜੀਆਂ ਯੂਨੀਅਨ ਕੌਂਸਲ ਵਾਈਜ਼ ਦੱਸੋ ਕਿ ਇਸ ਯੂਨੀਅਨ ਕੌਂਸਲ ਕਿੰਨੇ ਤੁਸੀਂ ਟਾਰਗੇਟ ਕਿਹਾ ਫੀ ਯੂਨੀਅਨ ਹਰ ਯੂਨੀਅਨ ਕੌਂਸਲ ਕੇ ਸਾਥ ਤਕਰੀਬਨ 14 ਜਾਂ 16 ਦੇ ਸਾਂ ਹਰ ਯੂਨੀਅਨ ਕੌਂਸਲ ਵਿੱਚ ਯਾਨੀ ਉਸਰੇ ਵਿੱਚ ਤੁਸੀਂ ਕਿ ਟੱਚ ਕਰ ਰਹੇ ਹੋ ਕਿ ਕਿਸੇ ਨਾਲ ਟੱਚ ਕਰਨੇ ਹੋ ਅਸਾਂ ਤਮਾਮ ਚੇਅਰਮੈਨਾਂ ਕੀ ਟੱਚ ਕੀਤਾ ਤਮਾਮ ਕੌਂਸਲਾਂ ਕੀ ਟੱਚ ਕੀਤਾ ਅਸਾਂ ਇਸ ਤੋਂ ਇਲਾਵਾ ਜਿਹੜੇ ਕੋਈ ਆਮ ਬੰਦੇ ਆ ਉਹਨਾਂ ਕੀ ਜਿਨ੍ਹਾਂ ਕੀ ਅਸਾਂ ਮਹਿਕਮੇ ਲਈ ਜਾਣਨੇ ਕਰਨੇ ਫਾਰਮ ਮੈਂ ਇਸ ਟਾਈਮ ਤਮਾਮ ਤਹਿਸੀਲਾਂ ਵਿੱਚ ਭੇਜ ਚੁੱਕੀ ਹਾਂ ਹੁਣ ਫਾਰਮ ਵਾਪਸ ਵੀ ਕਰਨੇ ਸਿਆਂ ਕਿ ਕਿਉਂਕਿ ਫਾਰਮ ਪਹਿਲੇ ਵੀ ਅਸਾਂ ਫੇਜ਼ ਪਹਿਲੇ 'ਚ ਕਿਨੀ ਚੁੱਕੇ ਹਾਂ ਹੁਣ ਦੁਬਾਰਾ ਫੇਜ਼ 'ਚ ਵੇਰੀਫਿਕੇਸ਼ਨਾਂ ਹੋਣੀਆਂ ਪਈਆਂ ਕਿ ਆਇਆ ਜਿਨ੍ਹਾਂ ਜਿਨ੍ਹਾਂ ਨੇ ਫਾਰਮ ਅੱਛੇ ਚੁੱਕੇ ਇਸ ਟਾਈਮ ਅਸਾਂ ਕੋਲੋਂ 500 ਤੋਂ ਜ਼ਿਆਦਾ ਫਾਰਮ 600 ਤੋਂ ਉੱਪਰ ਫਾਰਮ ਆ ਉਸਦੇ ਵਿੱਚੋਂ ਸਿਲੈਕਸ਼ਨ ਵਾਲੇ ਫਾਰਮ ਮੈਂ ਲੈਂਦਾ ਕੀਤੇ ਹੋਏ ਰਿਜੈਕਸ਼ਨ ਵਾਲੇ ਬਿਲਕੁਲ ਫਾਰਮ ਲੈਂਦਾ ਉਹਨਾਂ ਦੀ ਵਜ੍ਹਾ ਵੀ ਲਿਖੀ ਹੋਈ ਕਿ ਵੀ ਕਿਹੜੇ ਅਸਾਂ ਕਿਸ ਵਜ੍ਹਾ ਨਾਲ ਇਸਕੀ ਰਿਜੈਕਟ ਵੀ ਕਰਨੇ ਆ ਅਤੇ ਜਿਹੜੀਆਂ ਸਿਲੈਕਸ਼ਨ ਜੀਆਂ ਅਪਰ ਏਜ ਲਿਮਿਟ ਵਿੱਚ ਵੀ ਕਿੰਨੇ ਆ ਫਿਰ ਉਹਨਾਂ ਨੇ ਬੱਚੇ ਵੀ ਸਕੂਲ ਗੋਇੰਗ ਹੋਣ ਨੰਬਰਦਾਰ ਸਭ ਸਾਈਨ ਕਰਨ ਦੱਸਣ ਕਿ ਇਹਨਾਂ ਨਾਲ ਇੱਕ ਏਕੜ ਜ਼ਮੀਨ ਤੋਂ ਘੱਟ ਇਹਨਾਂ ਕੋਲ ਰਖਵਾਇਆ ਯਾਨੀ ਪੂਰੈਸਟ ਆਫ ਦਾ ਪੂਅਰ ਕੀ ਵੀ ਨਾ ਦੇਣਾ ਕਿ ਜਿਹਨਾਂ ਕੋਲ ਆਪਣੇ ਖਾਣੇ ਵਾਸਤੇ ਨਹੀਂ ਉਹ ਅਸਾਂ ਨੇ ਗਵਰਨਮੈਂਟ ਨੇ ਚੁੱਕੇ ਪ੍ਰੋਪਰਟੀ ਹੈ 3 ਸਾਲ ਤੱਕ ਉਸਕੀ ਵੇਚ ਹੀ ਨਹੀਂ ਸਕਣ ਲੱਗੇ ਉਸਦਾ ਫਾਇਦਾ ਉਠਾ ਸਕਣ ਉਸਨੇ ਬੱਚੇ ਆਪਣੇ ਕੋਲ ਰੱਖਣ 3 ਸਾਲ ਬਾਅਦ ਅਗਰ ਅਸਾਂ ਤੱਕਦੇ ਹਾਂ ਕਿ ਠੀਕ ਠਾਕ ਸੰਭਾਲ ਲੈ ਪਏ ਤਾਂ ਫਿਰ ਹੋ ਸਕਣਾ ਗਵਰਨਮੈਂਟ ਨੈਕਸਟ ਫੇਜ਼ 'ਚ ਨਾ ਕਿ ਚਾਹੀਦੇ ਵੇ ਕਿ ਫਿਲਹਾਲ ਅਸਾਂ ਇਹਨਾਂ ਕੋਲ ਸਟਾਂਪ ਕਿਨਸਾਂ ਕਿ ਇਸਕੀ ਵੇਚੀ ਨਹੀਂ ਸਕਣੇ ਕਿਨਸਾਂ ਕਰ ਉਸਦਾ ਖਿਆਲ ਕਰ ਸਕਣ ਯਾਨੀ ਆਪਣੀਆਂ ਤੁਸੀਂ ਸਰਵਿਸਿਜ਼ ਦੇਸੋ ਐਸੇ ਲੋਕ ਜਿਹਨਾਂ ਕੋਲ ਸਰਵਿਸਿਜ਼ ਤਈਆਂ ਆ ਲੇਕਿਨ ਉਹ ਨਹੀਂ ਕਰੀ ਸਕਣੇ ਉਹਨਾਂ ਕੋਲ ਆਮਦਨ ਕੋਈ ਨਹੀਂ ਅਸਾਂ ਉਹਨਾਂ ਕੀ ਲਾਈਫ ਸਟਾਕ ਦੇਸਾਂ ਉਹ ਉਸ ਤੋਂ ਆਪਣਾ ਫਾਇਦਾ ਉਠਾਉਣ ਦੁੱਧ ਨਹੀਂ ਪੈਦਾਵਾਰ ਉਹਨਾਂ ਨੇ ਬੱਚੇ ਉਹਨਾਂ ਨੇ ਇਹ ਸਭ ਕੁਝ ਇਹ ਆਪਣੀ ਮਿਹਨਤ ਨਾਲ ਜਿਤਨਾ ਉਸਦੀ ਮਿਹਨਤ ਕਰ ਸਕਣ ਉਸਦਾ ਫਾਇਦਾ ਇਸ ਨਾਲ ਉਹਨਾਂ ਕੀ ਫਾਇਦਾ ਉਸ ਨਹੀਂ ਹੁਣ ਇੱਕ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਵੇਚ ਹੀ ਨਹੀਂ ਸਕਣੇ ਹਾਂ ਵੇਚਣਾ ਨਹੀਂ ਨਹੀਂ 3 ਸਾਲ ਤੱਕ ਹੁਣ ਮਸਲਨ ਕਿ 3 ਸਾਲ ਹੀ ਤੁਸੀਂ ਬੇੜ ਬੱਕਰੀਆਂ ਮੈਂ ਇੱਕ ਮਿਸਾਲ ਦੇਣਾ ਕਿਉਂਕਿ 6 ਮਹੀਨੇ ਤੋਂ ਬਾਅਦ 5 ਮਹੀਨੇ ਤੋਂ ਬਾਅਦ ਸੂਈ ਪੈਣੀ ਹੈ ਤੇ ਅਗਰ ਉਸਨੇ ਕੋਲ ਇਤਨੀ ਜਗ੍ਹਾ ਨਹੀਂ ਹੈ ਤਾਂ ਤੁਸੀਂ ਵਾਪਸ ਤੁਸੀਂ ਕਿ ਨਹੀਂ ਸਕਣੇ ਮੈਂ ਬੰਦਾ ਅਗਰ ਅਸਾਂ ਦਾ ਨਵਾਂ ਪ੍ਰੋਜੈਕਟ ਹੋਇਆ ਜਿਸ ਤਰ੍ਹਾਂ ਤੇ ਸ਼ਾਇਦ ਅੱਗੇ ਹੋਇਆ ਫਿਲਹਾਲ ਅਸਾਂ ਉਸ ਬੱਚੇ ਕੀ ਵੇਚਦੇ ਨਾ ਅਸਾਂ ਨਹੀਂ ਆਖਿਆ ਅਸਾਂ ਉਸ ਬੇਸਿਕ ਜਾਨਵਰ ਕੀ ਵੇਚਦੇ ਨਾ ਅੱਛਾ ਆਗੂ ਜਿਹੜੀ ਮਤਲਬ ਬੱਚੇ ਵੇਚ ਬੱਚੇ ਉਹਨਾਂ ਨੇ ਅੱਛਾ 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 ਓਏ ਠੀਕ ਹੈ ਇਹ ਥੋੜਾ ਜਿਹਾ ਬਾਮ ਸੀ ਕਾਫੀ ਲੋਕਾਂ ਨੇ ਤੁਸੀਂ ਨਹੀਂ ਕਰਦੇ ਬੱਚਾ ਸੋ ਜਾਨਵਰ ਜੀ ਜੀ ਇਸ ਵਾਸਤੇ ਇਹ ਤੇ ਗਵਰਨਮੈਂਟ ਆਇਆ ਕਿ ਨਾ ਵਾਸਤੇ ਕੀਤਾ ਗਿਆ ਤੇ ਇਨਸ਼ਾਅੱਲਾ ਤਾਲਾ ਅੱਗੇ ਵੀ ਵੈਕਸੀਨ ਦਾ ਪ੍ਰੋਜੈਕਟ ਆ ਤੁਸੀਂ ਪਤਾ ਫਿਰ ਡਿਵਰਮਿੰਗ ਸ਼ੁਰੂ ਹੋ ਸੀ ਫਿਰ ਵੈਕਸੀਨੇਸ਼ਨ ਫਿਰ ਅਸਾਂ ਚਿਚੜਾ ਨਾਲ ਖਿਲਾਫ ਟੀਕੇ ਮਾਰਚ ਤੋਂ ਦੁਬਾਰਾ ਤੇ ਕਰਨੇ ਆ ਤੇ ਇਹ ਤੁਸੀਂ ਵੈਸੇ ਮੈਂ ਇੱਕ ਗੱਲ ਕਰਨਾ ਕਿਉਂਕਿ ਮੀਡੀਆ ਇੱਕ ਗੱਲ ਕਰਨੀ ਨਹੀਂ ਹੋਣੀ ਮੈਂ ਵੀ ਨਹੀਂ ਕਦੇ ਕੀਤੀ ਕੱਲ੍ਹ ਕਿਆ ਪਤਾ ਅਸਾਂ ਕਿ ਇਸ ਨੇ ਸੁ ਫਿਰਨਾ ਪਿਆ ਲੇਕਿਨ ਮੈਂ ਇਹ ਜ਼ਰੂਰ ਤੱਕਿਆ ਕਿ ਜਿਹੜੀ ਖਾਸ ਕਰੀ ਫੀਮੇਲ ਸਾਡੇ ਕੋਲ ਤਹਿਸੀਲ ਕਲਰ ਸਹੀਦਾਂ ਵਿੱਚ ਜਿਲ੍ਹੇ ਜਦੋਂ ਤੁਸੀਂ ਆਏ ਹੋ ਫੀਮੇਲ ਜਿੱਤੀਆਂ ਵੀ ਹੋ ਅਤੇ ਤੁਸੀਂ ਮਾਸ਼ਾਅੱਲਾ ਇੱਥੇ ਅੱਛੀ ਤੇ ਇੱਕ ਐਸਾ ਧਮਾਕਾ ਕੀਤਾ ਹੈ ਕਿ ਬਾਈ ਲੋਕਾਂ ਦੀ ਅਵੇਅਰਨੈਸ ਨੇ ਹਵਾਲੇ ਨਾਲ ਲੋਕਾਂ ਨੇ ਦੱਸਿਆ ਨਹੀਂ ਤਾਂ ਪਹਿਲੇ ਤੋਂ ਆਮ ਹੀ ਬਸ ਐਸੀ ਝਟਕੀ ਕੰਮ ਹੀ ਸੀ ਕਿ ਬਾਈ ਇਹ ਕਰੋ ਬਹੁਤ ਸ਼ੁਕਰੀਆ ਜੀ ਤੁਸੀਂ ਬਹੁਤ ਮਿਹਰਬਾਨੀ ਜਨਾਬ